अमृतसर विच कोरोना वायरस दे वधदे मरीजां नूं देखदे होए कोरोना टेस्ट दे सैंपल लैण वास्ते अमृतसर दे नगर निगम वल्लों कोरोना टेस्ट लई वैनां डोनेट कीतियां गईआं सन। ओह वैन गली गली मुहल्ले मुहल्ले जा के कोरोना टेस्ट दे सैंपल लै के आउणगीआं, जिस दा लाहा लोकां ने बहुत चुक्या। अमृतसर दे सांसद गुरजीत सिंह औजला दे दफ्तर नज़दीक कि जिथे गुरजीत सिंह औजला दे परिवारिक मैंबरां अते खुद औजला अते उसदे स्टाफ सने होर कई इलाका निवासियां ने अपने कोरोना टेस्ट दे सैंपल दिते। ਹਾਂਜੀ, ਇੰਸਪੈਕਟਰ ਸੁਖਦੇਵ ਸਿੰਘ, SHO ਥਾਣਾ ਮੋਕਮਪੁਰਾ। ਮੇਰੀ 19 ਤਰੀਕ ਨੂੰ ਰਿਪੋਰਟ ਪੋਜ਼ਿਟਿਵ ਆ ਗਈ ਸੀਗੀ, ਲੇਕਿਨ ਪੋਜ਼ਿਟਿਵ ਆਉਣ ਤੋਂ ਬਾਅਦ 'ਚ ਮੈਂ ਹੋਮ ਕੁਆਰੰਟਾਈਨ ਹੋਇਆ ਸੀਗਾ ਇੱਥੇ। ਉਸ ਤੋਂ ਬਾਅਦ ਵਿੱਚ ਇਹ ਜਿਹੜਾ ਹੁਣ ਇੱਥੇ MP ਸਾਹਿਬ ਔਜਲਾ ਸਾਹਿਬ ਨੇ ਇੱਥੇ ਇਹ ਕੈਂਪ ਲਗਾਇਆ ਹੋਇਆ, ਘਰ ਘਰ ਜਾ ਕੇ ਸਾਰਿਆਂ ਨੂੰ ਮੈਸੇਜ ਦਿੱਤਾ ਹੋਇਆ ਕਿ ਆ ਕੇ COVID-19 ਦੇ ਜਿਹੜੇ ਟੈਸਟ ਨੇ ਫ੍ਰੀ ਆਫ ਕਾਸਟ ਹੋ ਰਹੇ ਨੇ ਉਹ ਕਰਵਾਏ ਜਾਣ। ਲੇਕਿਨ ਮੈਂ ਸਾਰੀ ਇਲਾਕਾ ਨਿਵਾਸੀਆਂ ਨੂੰ, ਸੰਗਤ ਨੂੰ ਮੈਂ ਅਪੀਲ ਕਰਦਾ ਕਿ ਉਹ ਇਹਦਾ ਫਾਇਦਾ ਲਿਆ ਜਾਵੇ ਅਤੇ ਸਿਹਤਮੰਦ ਹੋਣ। ਇਹ ਤੋਂ ਕੋਈ COVID-19 ਜੇ ਪੋਜ਼ਿਟਿਵ ਰਿਪੋਰਟ ਆ ਜਾਂਦੀ ਆ ਤਾਂ ਉਹ ਤੋਂ ਕੋਈ ਡਰਨ ਦੀ ਲੋੜ ਨਹੀਂ ਆ, ਸਿੰਪਟਮ ਠੀਕ ਹੁੰਦੇ ਨੇ, ਆਪਣੇ ਆਪ ਨੂੰ ਆਪਣਾ ਮਨੋਬਲ ਉੱਚਾ ਰੱਖਣਾ ਚਾਹੀਦਾ, ਡਰਨ ਦੀ ਕੋਈ ਲੋੜ ਨਹੀਂ ਆ। ਮੈਂ ਇਹ ਕਹਾਂਗਾ, ਮੈਂ ਹੁਣ ਵੀ ਮੈਂ ਡਿਊਟੀ ਕਰ ਰਿਹਾ। ਸਾਥੀਓ, ਮੈਂ ਆਪਣਾ ਕਰੋਨਾ ਟੈਸਟ ਕਰਾਉਣ ਲੱਗਾ ਜਿਹੜਾ ਗੌਰਮੈਂਟ ਵੱਲੋਂ ਫ੍ਰੀ ਕੀਤਾ ਜਾ ਰਿਹਾ, ਔਰ ਮੈਂਬਰ ਪਾਰਲੀਮੈਂਟ ਔਜਲਾ ਸਾਹਿਬ ਦੇ ਸਹਿਯੋਗ ਨਾਲ ਔਰ ਸਿਵਲ ਸਰਜਨ ਦੇ ਸਹਿਯੋਗ ਨਾਲ ਜਿਹੜਾ ਇਹ ਲਗਾਇਆ ਜਾ ਰਿਹਾ, ਇਹ ਲੋਕਾਂ ਦਾ ਵਹਿਮ ਕੱਢਣ ਵਾਸਤੇ ਆਪਾਂ ਜਿਹੜਾ ਇਹ ਲਾ ਰਹੇ ਹਾਂ। ਮੈਂ ਵੀ ਆਪਣਾ ਕਰਾ ਰਿਹਾ ਮੈਂ ਤੁਹਾਡੇ ਸਾਹਮਣੇ। ਕੋਈ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ, ਦੇਖੋ ਸਾਰੇ ਬਿਲਕੁਲ ਨੋਰਮਲ ਟੈਸਟ ਹੋ ਰਿਹਾ। ਬਸ ਇੰਨਾ ਹੀ ਗੱਲ ਸੀ, ਆ ਦੇਖੋ ਕਰੋਨਾ ਵਾਲੀ ਰਿਪੋਰਟ ਆਵੇਗੀ, ਆਪਾਂ ਡਰਨ ਦੀ ਕੋਈ ਲੋੜ ਨਹੀਂ ਕਿ ਅੱਜ ਅਸੀਂ, ਮੈਂ ਡਾਕਟਰ ਕੁਲਦੀਪ ਕੌਰ, ਭਾਈ ਧਰਮ ਸਿੰਘ ਸੈਟੇਲਾਈਟ ਹੋਸਪਿਟਲ ਮੈਡੀਕਲ ਆਫਿਸਰ ਹਾਂ। ਆਪਣੇ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ MP ਮਿਸਟਰ ਗੁਰਜੀਤ ਸਿੰਘ ਔਜਲਾ ਦੇ ਦਫ਼ਤਰ ਵਿਖੇ ਕੈਂਪ ਲਗਾਇਆ, ਜਿਹਦੇ ਵਿੱਚ ਕਰੋਨਾ ਦੇ ਫ੍ਰੀ ਟੈਸਟ ਹੋਏ ਹਨ। ਇਸ ਕੈਂਪ ਵਿੱਚ MP ਔਜਲਾ ਸਾਹਿਬ ਨੇ ਆਪਣਾ ਬਹੁਤ ਜ਼ਿਆਦਾ ਸਹਿਯੋਗ ਸਾਨੂੰ ਦਿੱਤਾ। ਮੇਨ ਖਾਸ ਕਹਿਣ ਵਾਲੀ ਗੱਲ ਇਹ ਹੈ ਕਿ ਅੱਜ MP ਔਜਲਾ ਸਾਹਿਬ ਦੀ ਫੈਮਿਲੀ ਨੇ, ਸਾਰੀ ਫੈਮਿਲੀ ਨੇ ਟੈਸਟ ਕਰਾਏ ਹਨ। ਉਹਨਾਂ ਦੇ ਦਫ਼ਤਰ ਦੇ ਸਾਰੇ ਵਰਕਰਾਂ ਨੇ ਇੱਥੇ ਫ੍ਰੀ ਟੈਸਟ ਕਰਾਏ ਹਨ, ਅਤੇ ਉਹਨਾਂ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਇਹਦੇ ਵਾਸਤੇ ਉਤਸ਼ਾਹਿਤ ਕੀਤਾ ਕਿ ਟੈਸਟ ਕਰਾਓ, ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਅਤੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਆ ਕੇ ਵੀ ਅੱਜ ਟੈਸਟ ਕਰਾਏ ਹਨ। ਅਤੇ ਮੈਂ ਇਹ ਚਾਹੁੰਦੀ ਹਾਂ ਕਿ ਮਿਸ਼ਨ ਫਤਿਹ ਤਹਿਤ ਅੱਜ ਅਸੀਂ ਜੋ ਸਹਿਯੋਗ ਸਾਨੂੰ ਮਿਸਟਰ ਔਜਲਾ ਜੀ ਨੇ ਦਿੱਤਾ ਹੈ, ਇਹ ਸਾਰੇ ਮੰਤਰੀ ਸਾਹਿਬ ਸਾਨੂੰ ਸਹਿਯੋਗ ਦੇਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰਨ, ਤਾਂ ਕਿ ਪੰਜਾਬ ਵਿੱਚ ਕਰੋਨਾ ਦੇ ਮੈਕਸੀਮਮ ਟੈਸਟ ਹੋ ਸਕਣ ਅਤੇ ਕਰੋਨਾ ਦੀ ਬਿਮਾਰੀ ਨੂੰ ਖਤਮ ਕਰਨ ਵਿੱਚ ਅਸੀਂ ਸਫਲਤਾ ਹਾਸਲ ਕਰ ਸਕੀਏ। ਇਸ ਟੈਸਟ ਦੀ ਰਿਪੋਰਟ ਤਕਰੀਬਨ 48 ਘੰਟਿਆਂ ਦੇ ਬਾਅਦ ਮਿਲ ਜਾਂਦੀ ਹੈ ਸਾਨੂੰ, ਅਤੇ ਜਦੋਂ ਵੀ ਕੋਈ ਪੋਜ਼ਿਟਿਵ ਰਿਪੋਰਟ ਆਉਂਦੀ ਹੈ ਸਰਕਾਰੀ ਮਹਿਕਮਾ ਹੀ ਉਸ ਬੰਦੇ ਨੂੰ ਅਪਰੋਚ ਕਰਦਾ ਹੈ ਜਿਹਦਾ ਟੈਸਟ ਪੋਜ਼ਿਟਿਵ ਆਇਆ ਹੁੰਦਾ ਹੈ, ਅਤੇ ਉਹਨੂੰ ਉਹਦੇ ਪ੍ਰੋਬਲਮ ਦੇ ਅਨੁਸਾਰ ਜੇ ਉਹਨਾਂ ਦੇ ਨਾਲ ਕੋਈ ਕੋਮੋਰਬਿਡਿਟੀ ਹੈਗੀ ਹੈ ਤਾਂ ਉਹਨੂੰ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਹੈ, ਨਹੀਂ ਤਾਂ ਉਹਨੂੰ ਆਈਸੋਲੇਸ਼ਨ ਸੈਂਟਰ ਵਿੱਚ ਰੱਖਿਆ ਜਾਂਦਾ ਹੈ। ਜਿਹੜਾ ਪੋਜ਼ਿਟਿਵ ਹੋਵੇ ਅਤੇ ਨਾਲ ਕੋਈ ਵੀ ਕੋਮੋਰਬਿਡਿਟੀ ਜਾਂ ਕੋਈ ਸਾਈਨ ਸਿਮਟਮ ਨਾ ਹੋਵੇ ਉਹਨਾਂ ਨੂੰ ਹਸਪਤਾਲ ਵਿੱਚ ਆਈਸੋਲੇਟ ਕੀਤਾ ਜਾਂਦਾ ਹੈ। ਹੁਣ ਗੌਰਮੈਂਟ ਦੀਆਂ ਨਵੀਆਂ ਜਿਹੜੀਆਂ ਗਾਈਡਲਾਈਨਸ ਆਈਆਂ ਹਨ ਉਹਨਾਂ ਦੇ ਅਨੁਸਾਰ ਪੋਜ਼ਿਟਿਵ ਪੇਸ਼ੈਂਟ ਜਿਹਨੂੰ ਕੋਈ ਵੀ ਨਾਲ ਕੋਈ ਸਾਈਨ ਸਿਮਟਮ ਨਹੀਂ ਹਨ ਉਹਨਾਂ ਨੂੰ ਘਰ ਵਿੱਚ ਵੀ ਆਈਸੋਲੇਟ ਕੀਤਾ ਜਾ ਰਿਹਾ ਹੈ। ਕਿੰਨੀ ਦੇਰ ਤੱਕ ਚੱਲੇਗਾ ਇਹ ਕੈਂਪ? ਤਾਂ ਚੱਲੇਗਾ ਜਿੰਨੀ ਦੇਰ ਤੱਕ ਸਰਕਾਰ ਦੇ ਆਰਡਰ ਹੋਣਗੇ, ਅਤੇ ਪੰਜਾਬ ਸਾਡਾ ਕਰੋਨਾ ਫ੍ਰੀ ਨਹੀਂ ਹੋ ਜਾਏਗਾ। ਔਜਲਾ ਸਾਹਿਬ ਦੇ ਦਫ਼ਤਰ 'ਚ ਜਿੱਦਾਂ ਅੱਜ ਤੁਸੀਂ ਕੈਂਪ ਲਗਾਇਆ, ਫ੍ਰੀ ਕੈਂਪ, ਇੱਥੇ ਕਿੰਨੀ ਦੇਰ ਚੱਲੇਗਾ? ਬਸ ਦਿਨਾਂ ਦਾ ਕੋਈ ਹੈ ਨਹੀਂ ਸਾਡੇ ਕੋਲ, ਸਾਨੂੰ ਅੱਜ ਦੀ ਇਹ ਡਿਊਟੀ ਲਗਾਈ ਗਈ ਸੀ ਕਿ ਅਸੀਂ ਅੱਜ ਇੱਥੇ ਕੈਂਪ ਲਗਾਉਣਾ ਹੈ। ਬਾਕੀ ਔਜਲਾ ਸਾਹਿਬ ਅਤੇ ਉਹਨਾਂ ਦੇ ਜਿੰਨੇ ਵੀ ਕਾਰੋਬਾਰੀ ਵਰਕਰ ਹਨ ਉਹ ਸਾਰੇ ਬਾਕੀ ਆਪਣੇ ਵਰਕਰਾਂ ਨੂੰ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਹੋਰ ਜ਼ਿਆਦਾ ਇਹ ਲਗਾਏ ਜਾਣਗੇ ਜਿੱਥੇ ਵੀ ਕੋਈ ਜਿਵੇਂ ਹੋਟਸਪੋਟ ਏਰੀਆ ਆਉਂਦਾ ਜਾਂ ਕੋਈ ਕੰਟੇਨਮੈਂਟ ਏਰੀਆ ਆਉਂਦਾ ਉੱਥੇ ਇੱਦਾਂ ਦੇ ਮੋਬਾਈਲ ਕੈਂਪ ਲਗਾਏ ਜਾਣਗੇ।